ਪੰਜਾਬ ਦੇ ਵਿੱਚ ਲੋਕਲ ਬਾਡੀ ਦੀ ਚੋਣਾਂ ਹੋਣ ਜਾ ਰਹੀਆਂ ਨੇ ਲੇਕਿਨ ਇਹਨਾਂ ਚੋਣਾਂ ਦੇ ਉੱਤੇ ਇਹਨਾਂ ਤੇ ਨਿਰਪੱਖ ਹੋਣ ਤੇ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਇਸ ਵੇਲੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਵਾ ਸਾਡੇ ਨਾਲ ਮੌਜੂਦ ਨੇ ਚੀਵਾ ਸਾਹਿਬ ਕਿਉਂ ਵਿਸ਼ਵਾਸ ਨਹੀਂ ਹੋ ਰਿਹਾ ਪੰਜਾਬ ਪੁਲਿਸ ਤੇ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਤੇ ਉੱਤੇ ਦੇਖੋ ਜਦੋਂ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਸੀਗਾ ਅਸੀਂ ਉਸੇ ਦਿਨ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਸਾਡਾ ਵਫਦ ਮਿਲ ਕੇ ਆਇਆ ਸੀਗਾ ਕਿ ਕੈਪਟਨ ਸਾਹਿਬ ਨੇ ਪੰਜਾਬ 'ਚ ਕੋਈ ਕੰਮ ਨਹੀਂ ਕੀਤਾ ਹੈਗਾ ਚਾਹੇ ਕਰ ਕਰ ਰੋਜ਼ਗਾਰ ਦੇਣ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਕਿਸਾਨ ਦੇ ਕਰਜ਼ਾ ਮਾਫੀ ਦੀ ਗੱਲ ਹੋਵੇ ਚਾਹੇ 2500 ਰੁਪਏ ਪੈਨਸ਼ਨ ਦੀ ਗੱਲ ਹੋਵੇ ਚਾਹੇ 51000 ਸਖਲ ਸਕੀਮ ਦੀ ਗੱਲ ਹੋਵੇ ਇੱਕ ਵੀ ਵਾਅਦੇ ਤੇ ਕੈਪਟਨ ਸਾਹਿਬ ਖਰੇ ਨਹੀਂ ਉਤਰੇ ਹੈਗੇ ਸੋ ਕੈਪਟਨ ਸਾਹਿਬ ਜਿਹੜਾ ਹੈਗਾ ਹੁਣ ਹਿੰਸਾ ਕਰਾਉਣਗੇ ਲੋਕਾਂ ਨੂੰ ਲੜਾਉਣਗੇ ਲੋਕਾਂ 'ਚ دہشت ਦਾ ਮਾਹੌਲ ਪੈਦਾ ਕਰਨਗੇ ਉਹ ਗੱਲ ਸਾਡੀ ਸਹੀ ਸਾਬਤ ਹੋਈ ਅ ਜੀ ਜੀਰੇ ਦੇ ਵਿੱਚ ਕਾਗਜ਼ ਪਾੜ ਦਿੱਤੇ ਗਏ ਫਿਰੋਜ਼ਪੁਰ ਚ ਕਾਗਜ਼ ਪਾੜ ਦਿੱਤੇ ਗਏ ਸਲਾਮ ਚ ਕਾਗਜ਼ ਪਾੜ ਦਿੱਤੇ ਗਏ ਜਗਰਾਉਂ ਚ ਕਾਗਜ਼ ਪਾੜ ਦਿੱਤੇ ਗਏ ਔਰ ਮਤਲਬ ਪੰਜਾਬ ਨੂੰ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਕਿ ਪੰਜਾਬ ਵਿੱਚ ਜਿਹੜਾ ਆਮ ਨਾਗਰਿਕ ਨੇ ਉਹ ਡਰ ਜਾਣ ووٹ ਪਾਉਣ ਨਾ ਜਾਣ ਸੋ ਇਹ ਇਸੇ ਗੱਲ ਕਰਕੇ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਪੰਜਾਬ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਇਸ ਤਰ੍ਹਾਂ ਕੰਮ ਕਰ ਰਿਹਾ ਜਿਵੇਂ ਉਹ ਕਾਂਗਰਸ ਪਾਰਟੀ ਦਾ ਵਰਕਰ ਹੋਵੇ ਜਿਵੇਂ ਕਾਂਗਰਸ ਪਾਰਟੀ ਦਾ ਲੀਡਰ ਹੋਵੇ ਉਹਨੇ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਆਪਣਾ ਅਹੁਦਾਗਾ ਉਹਦੀ ਗਰਮਾਂ ਨੂੰ ਬਹੁਤ ਠੇਸ ਪੰਜਾਈਆ ਉਹਦੀ ਜਿਹੜੀ ਆ ਉਹਨੂੰ ਬਹੁਤ ਵੱਡਾ ਝਟਕਾ ਦਿੱਤਾਗਾ ਸੋ ਮੈਂ ਸਮਝਦਾ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਤੁਰੰਤ ਲੰਝਣ ਜਾਣਾ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਭੂਮਿਕਾ ਹੈ ਜਿਹੜੀ ਉਹਨਾਂ ਦੀ ਛਵੀ ਆ ਉਹਦੇ ਉੱਤੇ ਤੁਸੀਂ ਲਗਾਤਾਰ ਉਂਗਲੀ ਠਾ ਰਹੇ ਹੋ ਤੇ ਬਾਜਪਾ ਵੀ ਉਠਾ ਰਹੀ ਹੈ ਤੇ ਤਾਂ ਹੀ ਕਰਕੇ ਤੁਸੀਂ ਸਾਰੇ ਗਵਰਨਰ ਨੂੰ ਮਿਲਣ ਜਾ ਰਹੇ ਹੋ ਦੇਖੋ ਅਸੀਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏਗੇ ਦੋ ਬਾਰ ਅਸੀਂ ਗਵਰਨਰ ਨੂੰ ਵੀ ਮਿਲ ਕੇ ਆਏ ਸੋ ਮੇਰੀ ਤਾਂ ਅੱਜ ਵੀ ਮੰਗਾ ਕਿ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਜਿਹੜੀ ਆ ਬੜੀ ਛੱਕੀ ਆ ਬੜੀ ਉਹਦੀ ਮਤਲਬ ਕਿ ਉਹਨੇ ਆਪਣੀ ਉਹਦੇ ਨੂੰ ਸੱਟ ਮਾਰੀ ਆ ਸੋ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਤੁਰੰਤ ਲੱਜ ਜਾਣਾ ਕੱਲ ਭਾਜਪਾ ਦੇ ਇੱਕ ਵਫਦ ਨੂੰ ਵੀ ਮੁਲਾਕਾਤ ਕੀਤੀ ਰਾਜਪਾਲ ਸਾਹਿਬ ਨੂੰ ਤੇ 8 ਥਾਵਾਂ ਦੇ ਉੱਤੇ ਉਹਨਾਂ ਨੂੰ ਇਲੈਕਸ਼ਨਾਂ ਜਿਹੜੀਆਂ ਹਨ ਰੱਦ ਕਰਨ ਦੀ ਮੰਗ ਕੀਤੀ ਹੈ ਤੁਸੀਂ ਵੀ ਇਹੋ ਜਿਹੀ ਕੋਈ ਮੰਗ ਉਠਾ ਰਹੇ ਹੋ ਦੇਖੋ ਸਾਡੀ ਤਾਂ ਬੜੀ ਮੰਗਾਂ ਸਪਸ਼ਟ ਆਗਾ ਕਿਉਂਕਿ ਬੀਜੇਪੀ ਨੂੰ ਤਾਂ ਕੈਂਡੀਡੇਟ ਨਹੀਂ ਲੱਭ ਰਿਹਾ ਨਾ ਬੀਜੇਪੀ ਦੇ ਕੈਂਡੀਡੇਟ ਤਾਂ ਲਗਾਤਾਰ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੇ ਨੇ ਜਾਂ ਆਪਣੀ ਪਾਰਟੀ ਛੱਡ ਰਹੇ ਨੇ ਇਸੇ ਗੱਲ ਕਰਕੇ ਇਸ ਤਰ੍ਹਾਂ ਦੀ ਮੰਗ ਕਰਦੀ ਆ ਬੀਜੇਪੀ ਤਾਂ ਇਲੈਕਸ਼ਨ ਚੋਂ ਭੱਜਣਾ ਚਾ ਆਖਰੀ ਸਵਾਲ ਆਮ ਆਦਮੀ ਪਾਰਟੀ ਨੂੰ ਕਿੰਨੀ ਕੁ ਉਮੀਦ ਹੈ ਇਹਨਾਂ ਚੋਣਾਂ ਦੇ ਵਿੱਚ ਕਿਹਸੀ ਪਰਫਾਰਮੈਂਸ ਜਿਹੜੀ ਰਹੇਗੀ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਹੈਗਾ ਲੋੜ ਤੋਂ ਆਸ ਤੋਂ ਵੱਧ ਕਿਤੇ ਹੰਗਾਰਾ ਮਿਲ ਰਿਹਾ ਸਾਨੂੰ ਆਸ ਹੈ ਕਿ ਅਸੀਂ ਬਹੁਤ ਸਾਰੀਆਂ ਸੀਟਾਂ ਜਿੱਤ ਕੇ ਜਿਹੜੀਆਂ ਕਿ ਅਸੀਂ ਪਹਿਲੀ ਵਾਰ ਲੜ ਰਹੇ ਹਾਂ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਨਗਰ ਕੌਂਸਲਰ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਊਗਾ ਸ਼ੁਕਰੀਆ ਐਸੀ ਹਰਪਾਲ ਸਿੰਘ ਜੀਵਾ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਨੂੰ ਕਹਿ ਕਿ ਪੰਜਾਬ ਦੇ ਵਿੱਚ ਵੱਡਾ ਹੰਗਾਰਾ ਵੱਜ ਰਿਹਾ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਇੱਕ ਬਿਹਤਰੀਨ ਪ੍ਰਦਰਸ਼ਨ ਪੰਜਾਬ ਦੇ ਵਿੱਚ ਕਰੇਗੀ ਨਾਲੇ ਉਹਨਾਂ ਨੂੰ ਜਿਹੜਾ ਚੋਣ ਕਮਿਸ਼ਨ ਹੈ ਤੇ ਪੰਜਾਬ ਦੀ ਪੁਲਿਸ ਹੈ ਉਹਦੇ ਉੱਤੇ ਵੀ ਸਵਾਲ ਚੁੱਕੇ ਕੈਮਰਾਮੈਨ ਵਿਪਿੰਨ ਦੇ ਨਾਲ ਰਾਜੇ ਸ਼ੋਹਾਨ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ